ਪੌਂਟਾ ਸਾਹਿਬ ਦੇ ਮਾਜਰਾ ਇਲਾਕੇ ਵਿੱਚ ਮਾਲਿਓ ਮਸਜਿਦ ਵਿੱਚ ਧਾਰਮਿਕ ਕੁਰਾਨ ਨੂੰ ਪਾੜ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਏ। ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਦੀ ਹੈ ਤੇ ਘਟਨਾ ਦਾ ਪਤਾ ਉਸ ਸਮੇਂ ਚੱਲਿਆ ਜਦੋਂ ਸਵੇਰੇ ਮਸਜਿਦ ਦੇ ਮੌਲਵੀ ਨਮਾਜ਼ ਅਦਾ ਕਰਨ ਲਈ ਪਹੁੰਚੇ। ਮੌਲਵੀ ਮਸਜਿਦ ਅੰਦਰ ਪਵਿੱਤਰ ਕੁਰਾਨ ਦੇ ਸੜੇ ਹੋਏ ਟੁਕੜੇ ਦੇਖ ਕੇ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਸਥਾਨਕ ਕਮੇਟੀ ਨੂੰ ਦਿੱਤੀ। ਕਮੇਟੀ ਨੇ ਪੁਲਿਸ ਨੂੰ ਸੂਚਿਤ ਕੀਤਾ। ਕੈਮਰੇ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਏ। ਮਾਜਰਾ ਥਾਣਾ ਪੁਲਿਸ ਕਰਮੀਆਂ ਸਮੇਤ ਪੌਂਟਾ ਦੇ DCP ਪ੍ਰਮੋਦ ਚੌਹਾਨ ਵੀ ਮੌਕੇ ਤੇ ਪਹੁੰਚੇ। ਨਾਲ ਹੀ ਪੁਲਿਸ ਨੇ ਇਸ ਮਾਹੌਲ ਨੂੰ ਲੈ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਪਵਿੱਤਰ ਕੁਰਾਨ ਨਾਲ ਇਸ ਤਰ੍ਹਾਂ ਦੀ ਬੇਅਦਬੀ ਤੋਂ ਬਾਅਦ ਇਲਾਕੇ ਦਾ ਮਾਹੌਲ ਤਣਾਅਪੂਰਨ ਹੈ। ਲੋਕ ਵਾਰ ਵਾਰ ਹੋ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਵਿਭਾਗ ਤੋਂ ਨਾਰਾਜ਼ ਵੀ ਨੇ। ਇਹਨਾਂ ਹੀ ਨਹੀਂ, ਮੁਸਲਿਮ ਭਾਈਚਾਰੇ ਦੇ ਕਾਫੀ ਗਿਣਤੀ ਵਿੱਚ ਲੋਕ ਮਸਜਿਦ ਤੋਂ ਬਾਹਰ ਨਿਰਪੱਖ ਜਾਂਚ ਵਿੱਚ ਵੀ ਲੱਗੇ ਹੋਏ ਨੇ।